ਜੇ ਤੁਸੀਂ ਆਗਿਆ ਦਿਓ ਤੇ ਕਰੀਏ ਸਟਾਰਟ। ਮੈਂ ਬਹੁਤ ਸਵਾਗਤ ਕਰਨਾ, ਤੁਹਾਡਾ ਸਵਾਗਤ ਹੈ ਕਿ ਜਦੋਂ ਵੀ ਅਸੀਂ ਤੁਹਾਨੂੰ ਯਾਦ ਕੀਤਾ ਤੁਸੀਂ ਸ਼ਾਰਟ ਨੋਟਿਸ ਤੇ ਪਧਾਰੇ ਹੋ। ਲੋਕਤੰਤਰ ਦਾ ਚੌਥਾ ਸਤੰਭ, ਪ੍ਰੈਸ ਦੇ ਬੰਧੂਆਂ ਦਾ ਹਾਰਦਿਕ ਅਭਿਨੰਦਨ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਚੰਡੀਗੜ੍ਹ ਦੇ ਆਫਿਸ ਦੇ ਵਿੱਚ। ਸੋ ਪਹਿਲੇ ਤਾਂ ਤੁਹਾਡੇ ਮਾਧਿਅਮ ਦੇ ਨਾਲ ਮੈਂ ਧੰਨਵਾਦ ਕਰਨਾ ਔਰ ਮੁਬਾਰਕ ਦੇਣਾ ਜਿਹੜੇ ਲੱਖਾਂ ਬੀਜੇਪੀ ਦੇ ਕਾਰਜਕਰਤਾਵਾਂ ਨੇ ਮੋਦੀ ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਸ਼ਰਮਦਾਨ ਕੀਤਾ, ਕੜੀ ਮਿਹਨਤ ਕੀਤੀ ਹੈ, ਜਿਹਦੇ ਵਿੱਚ ਕਿ ਸਭ ਤੋਂ ਜ਼ਿਆਦਾ ਧੰਨਵਾਦ ਹੈਗਾ ਬੂਥ ਦੇ ਕਾਰਜਕਰਤਾ ਦਾ ਕਿ ਜਿਨ੍ਹਾਂ ਨੇ ਮੋਰਚਿਆਂ ਤੇ ਲੜਾਈ ਲੜੀ ਔਰ ਉਸ ਤੋਂ ਬਾਅਦ ਲੋਕ ਸਭਾ ਪ੍ਰਭਾਰੀ ਤੱਕ ਇੱਕ ਵੱਡੀ ਟੀਮ ਸੀਗੀ। ਇਹ ਸਫ਼ਰ ਇੱਕ ਸਾਲ ਪਹਿਲੇ ਸ਼ੁਰੂ ਹੋਇਆ ਸੀ ਜਿਸ ਵੇਲੇ ਮੈਨੂੰ ਦਾਇਤਵ ਮਿਲਿਆ ਔਰ ਅਸੀਂ ਤੁਰੰਤ ਕੰਮ ਦੇ ਵਿੱਚ ਲੱਗੇ ਔਰ ਮੈਂ ਬਹੁਤ ਧੰਨਵਾਦੀ ਹਾਂ ਪੰਜਾਬ ਦੇ ਨਿਵਾਸੀਆਂ ਦਾ ਵੀ ਕਿ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਇਸ ਲੋਕ ਸਭਾ ਚੁਣਾਵਾਂ ਦੇ ਵਿੱਚ। ਔਰ ਕਾਰਜਕਰਤਾ ਜਿਹੜਾ ਕਿ ਜੂਝਿਆ, ਇੰਨੇ ਕਾਰਜਕ੍ਰਮ ਦਿੱਤੇ ਨੇ ਅਸੀਂ ਕਿ ਇੱਕ ਸਾਲ ਦੇ ਵਿੱਚ ਕੋਈ ਦਿਨ ਐਸਾ ਨਹੀਂ ਗਿਆ ਜਦੋਂ ਕੋਈ ਨਾ ਕੋਈ ਮੁਹਿੰਮ ਨਾ ਚੱਲਦੀ ਹੋਏ ਜਿਹਦੇ 'ਚ ਕਿ ਸਰਕਾਰ ਦੇ ਖਿਲਾਫ਼ ਜੋ ਪੰਜਾਬ ਦੀ ਆ ਰੋਸ ਸਰੂਪ ਜੋ ਸਾਡੇ ਪ੍ਰਦਰਸ਼ਨ ਸੀਗੇ ਜਾਂ ਮੋਦੀ ਜੀ ਦੀ ਉਪਲਬਧੀਆਂ ਦੇ ਬਾਰੇ ਜਿਹੜੇ ਕਾਰਜਕ੍ਰਮ ਸੀਗੇ, ਇਤਿਹਾਸਿਕ ਰੈਲੀਆਂ ਹੋਈਆਂ ਜਿਹਦੇ 'ਚ ਕਿ ਗੁਰਦਾਸਪੁਰ ਦੀ ਰੈਲੀ ਪ੍ਰਧਾਨ ਮੰਤਰੀ ਜੀ ਆਏ, ਮਲੋਟ ਦੀ ਰੈਲੀ ਪ੍ਰਧਾਨ ਮੰਤਰੀ ਜੀ ਆਏ, ਰਾਸ਼ਟਰੀ ਅਧਿਕਸ਼ ਜੀ ਆਏ, ਉਹਨਾਂ ਦੇ ਸਫਲ ਕਾਰਜਕ੍ਰਮ ਔਰ ਅਲੱਗ ਅਲੱਗ ਜਿਹੜੇ ਸਾਡੇ ਸ਼ੁਰੂ ਸਵਾਗਤ ਸਮਾਰੋਹ ਰੈਲੀਆਂ ਦਾ ਰੂਪ ਧਾਰਨ ਕਰ ਗਏ। ਫਿਰ ਅਸੀਂ ਇੱਕ ਪਦ ਯਾਤਰਾ ਕੱਢੀ ਸੀਗੀ ਕਿ ਡੁੱਬਿਆ ਪੰਜਾਬ ਕੈਪਟਨ ਗੱਦੀ ਛੋੜੋ, ਔਰ ਉਹ ਪਦ ਯਾਤਰਾ ਜਿਹੜੀ ਸੀਗੀ ਉਹ ਸਾਡੀ ਬੜੀ ਸਫਲ ਪਦ ਯਾਤਰਾ ਹੋਈ। ਹਜ਼ਾਰਾਂ ਲੋਕ ਸੜਕਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਦੇ ਵਿੱਚ ਉਤਰੇ ਔਰ ਅੱਜ ਜੋ ਜਿੱਤ ਹੋਈ ਹੈ, ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਸਾਡੇ ਰਾਸ਼ਟਰੀ ਅਧਿਕਸ਼ ਅਮਿਤ ਸ਼ਾਹ ਜੀ, ਵਿੱਤ ਮੰਤਰੀ ਅਰੁਣ ਜੇਤਲੀ ਜੀ, ਸਮਸਤ ਭਾਜਪਾ ਦੀ ਲੀਡਰਸ਼ਿਪ ਨੂੰ ਵਧਾਈ ਦੇਣਾ ਕਿ 303 ਸਾਡੇ ਅੱਜ ਇਤਿਹਾਸਿਕ ਫਿਗਰ ਹੋਈ, 303 ਸਾਂਸਦ ਭਾਰਤੀ ਜਨਤਾ ਪਾਰਟੀ ਦੇ ਔਰ 353 ਸਾਂਸਦ ਜਿਹੜੇ NDA ਦੇ ਚੁਣ ਕੇ ਆਏ ਨੇ ਔਰ 50 ਸਾਲ ਦੇ ਬਾਅਦ ਕਿਸੇ ਨੇਤਾ ਦੇ ਨੇਤਤਵ ਦੇ ਵਿੱਚ ਦੁਬਾਰਾ ਕੰਜ਼ੈਕਟਿਵਲੀ ਪੂਰਨ ਬਹੁਮਤ ਪ੍ਰਾਪਤ ਹੋਇਆ, ਜਿਹੜਾ ਕਿ ਮੋਦੀ ਜੀ ਨੂੰ ਪਿਆਰ ਔਰ ਸਤਿਕਾਰ ਮਿਲਿਆ ਕਿਉਂਕਿ ਉਹਨਾਂ ਦੇ ਵਾਅਦੇ ਵੀ ਪੱਕੇ ਸੀ, ਉਹਨਾਂ ਦੇ ਇਰਾਦੇ ਵੀ ਪੱਕੇ ਸੀਗੇ ਔਰ ਇਹ ਬਦਲੇ ਦੀ ਸਰਕਾਰ ਨਹੀਂ ਸੀ, ਇਹ ਬਦਲਾਵ ਦੀ ਸਰਕਾਰ ਸੀ। ਔਰ ਅੱਜ ਔਨ ਦਾ ਕੌਂਟਰੇਰੀ ਜਿਹੜੀ ਕਾਂਗਰਸ ਹੈ ਉਹ ਅੱਜ ਇਨਫਾਈਟਿੰਗ ਦਾ ਸ਼ਿਕਾਰ ਹੋਈ ਹੋਈ ਹੈ। ਤੁਹਾਡੇ ਸਾਹਮਣੇ ਕਾਂਗਰਸੀ ਜੋ ਇਸ ਵੇਲੇ ਰੱਸਾਕਸ਼ੀ ਚੱਲ ਰਹੀ ਹੈ, 2.5 ਸਾਲ ਸਰਕਾਰ ਦੇ ਹੋ ਗਏ ਹੈ, ਇੱਕੋ ਹੀ ਅਸੀਂ ਅਭਿਆਨ ਦੇਖ ਰਹੇ ਹਾਂ ਕਿ ਮੁੱਖ ਮੰਤਰੀ ਦੀ ਕੁਰਸੀ ਕੌਣ ਲਏਗਾ। ਅੱਜ ਅਮਰਿੰਦਰ ਸਿੰਘ ਜੀ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਨੇ ਔਰ ਨਵਜੋਤ ਸਿੰਘ ਸਿੱਧੂ ਵਰਗੇ ਏਜੰਟ ਜਿਹੜੇ ਨੇ ਰਾਹੁਲ ਗਾਂਧੀ ਦੇ ਛੱਡੇ ਹੋਏ ਉਹ CM ਦੀ ਕੁਰਸੀ ਨੂੰ ਝਟਕਾਉਣ ਵਿੱਚ ਲੱਗੇ ਹੋਏ ਨੇ। ਅੱਜ ਰਾਹੁਲ ਗਾਂਧੀ ਪਹਿਲੇ ਰਾਸ਼ਟਰੀ ਅਧਿਕਸ਼ ਨੇ, ਕਾਂਗਰਸ ਪਾਰਟੀ ਇੱਕ ਵਿਚਿੱਤਰ ਪਾਰਟੀ ਹੈ ਕਿ ਜਿਹੜੇ ਪੂਰੇ ਦਮ ਦੇ ਨਾਲ ਲੱਗੇ ਨੇ ਕਿ ਕੈਪਟਨ ਸਰਕਾਰ ਨੂੰ ਕਮਜ਼ੋਰ ਕਿਸ ਤਰ੍ਹਾਂ ਕੀਤਾ ਜਾਏ। ਔਰ ਮੈਂ ਸਮਝਣਾ ਮੋਦੀ ਜੀ ਨੇ ਬਿਲਕੁਲ ਸਹੀ ਕਿਹਾ ਸੀ ਕਿ ਕੈਪਟਨ ਫੌਜੀ ਸੁਤੰਤਰ ਸੁਭਾਅ ਦੇ ਨੇ, ਨਾ ਉਹ ਆਪਣੀ ਹਾਈਕਮਾਂਡ ਨੂੰ ਮੰਨਦੇ ਨੇ, ਨਾ ਉਹਨਾਂ ਦਾ ਰਾਸ਼ਟਰੀ ਨੇਤ੍ਰਿਤਵ ਕੈਪਟਨ ਸਾਹਿਬ ਨੂੰ ਮੰਨਦਾ। ਸੋ ਇੰਨੀਆਂ ਵੱਡੀਆਂ ਗਲਤੀਆਂ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਜੈਸੇ ਦੀਮਕ ਕਾਂਗਰਸ ਵਿੱਚ ਭੇਜੇ ਹੋਏ ਨੇ ਰਾਹੁਲ ਗਾਂਧੀ ਨੇ, ਕੈਪਟਨ ਦੀ ਜਿਹੜੀ ਕੁਰਸੀ ਹੈ ਉਹਨੂੰ ਦੀਮਕ ਬਣ ਕੇ ਝੱਟ ਰਹੇ ਨੇ। ਅੱਜ ਜੋ ਉਹਨਾਂ ਦੀ ਰੱਸਾਕਸ਼ੀ ਚੱਲ ਰਹੀ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੇ ਸਭ ਦੇ ਵਿੱਚ ਮੰਨਿਆ ਕਿ ਅੱਜ ਨਵਜੋਤ ਸਿੰਘ ਸਿੱਧੂ ਅਤੇ ਉਹਦੇ ਸਾਥੀ ਜਿਹੜੇ ਨੇ ਉਹ ਮੇਰੀ ਕੁਰਸੀ ਝਟਕਾਉਣ ਦੇ ਲਈ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ। ਦੂਸਰਾ ਜੋ ਅਸੀਂ 2.5 ਸਾਲ ਤੋਂ ਕਹਿੰਦੇ ਰਹੇ ਕਿ ਇਹ ਨਿਕੰਮੀ ਸਰਕਾਰ ਹੈ, ਇਹਨਾਂ ਨੇ ਪੰਜਾਬ ਦੇ ਉੱਤੇ ਕਲੰਕ ਬਣ ਕੇ ਲੱਗ ਗਏ ਨੇ, ਗ੍ਰਹਿਣ ਬਣ ਕੇ ਲੱਗ ਗਏ ਨੇ ਪੰਜਾਬ ਦੇ ਸਵਰਨਿੰਗ ਭਵਿੱਖ 'ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਰੂਪੀ ਤਾਲਾ ਲੱਗ ਗਿਆ ਔਰ ਪੰਜਾਬ ਜਿਹੜਾ ਉਹ ਵੈਂਟੀਲੇਟਰ 'ਤੇ ਪਾ ਦਿੱਤਾ। ਉਹਨੇ ਖੁਦ ਹੀ ਪ੍ਰਮਾਣ ਦੇ ਦਿੱਤਾ ਮੁੱਖ ਮੰਤਰੀ ਜੀ ਨੇ।
ਉਹਨਾਂ ਨੇ ਮੰਨ ਲਿਆ 2.5 ਸਾਲ ਦੇ ਬਾਅਦ ਕਿ ਸ਼ਹਿਰਾਂ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ। ਅਸੀਂ ਵੀ ਇਹੀ ਕਹਿੰਦੇ ਰਹੇ ਕਿ ਵਿਕਾਸ ਖਤਮ, ਸਮਾਜ ਭਲਾਈ ਦੀਆਂ ਸਕੀਮਾਂ ਖਤਮ। ਸੋ ਕੈਪਟਨ ਅਮਰਿੰਦਰ ਸਿੰਘ ਨੇ ਇਹ ਨਵਜੋਤ ਸਿੰਘ ਸਿੱਧੂ ਦੇ ਨਾਂ ਦੇ ਉੱਤੇ ਮੰਨ ਲਿਆ ਕਿ 2.5 ਸਾਲ ਦੇ ਵਿੱਚ ਕਾਂਗਰਸ ਦੀ ਇਹ ਨਿਕੰਮੀ ਸਰਕਾਰ ਸ਼ਹਿਰਾਂ ਦੇ ਵਿੱਚ ਕੋਈ ਵਿਕਾਸ ਨਹੀਂ ਕਰ ਸਕੀ। ਇਸ ਤੋਂ ਵੱਡੇ ਪ੍ਰਮਾਣ ਦੀ ਕੀ ਲੋੜ ਹੈ ਸਾਨੂੰ ਕਿ ਖੁਦ ਮੁੱਖ ਮੰਤਰੀ ਇਹ ਮੰਨ ਰਿਹਾ ਕਿ 2.5 ਸਾਲ ਤੱਕ ਕੋਈ ਵਿਕਾਸ ਜਿਹੜਾ ਨਹੀਂ ਹੋਇਆ। ਅੱਜ ਤੋਹਫ਼ਾ ਜੋ ਕਾਂਗਰਸ ਹਮੇਸ਼ਾ ਦਿੰਦੀ ਹੈ ਕਿ ਝੂਠੇ ਵਾਅਦੇ ਝੂਠੇ ਲਾਰੇ ਉਹਨਾਂ ਦੇ ਸਿਰ ਦੇ ਉੱਤੇ ਚੁਣਾਵ ਕਾਂਗਰਸ ਹਮੇਸ਼ਾ ਜਿੱਤਦੀ ਹੈ ਔਰ ਉਸ ਤੋਂ ਬਾਅਦ ਟੈਕਸਾਂ ਦਾ ਜਿਹੜਾ ਇੱਕ ਤੋਹਫ਼ਾ ਦਿੰਦੀ ਹੈ ਕਿ ਸਭ ਤੋਂ ਪਹਿਲਾਂ ਤੋਹਫ਼ਾ ਫਿਰ ਇਲੈਕਸ਼ਨ ਤੋਂ ਬਾਅਦ ਮਿਲ ਗਿਆ ਜਿਹੜੇ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕਰਕੇ ਮੇਰੇ ਖਿਆਲ 7ਵੀਂ ਵਾਰੀ ਵਾਧਾ ਹੋ ਗਿਆ। ਕਿਤੇ ਤਾਂ ਕੈਪਟਨ ਅਮਰਿੰਦਰ 2.5 ਸਾਲ ਪਹਿਲੇ ਕਹਿੰਦੇ ਸੀ ਕਿ 5 ਰੁਪਏ ਯੂਨਿਟ ਬਿਜਲੀ ਦਿਆਂਗੇ, ਕਿੱਥੇ ਇਹ ਨਿਰੰਤਰ ਵਾਧਾ ਔਰ ਇੱਥੇ ਹੀ ਕਿਉਂ ਹੈ? ਹਰਿਆਣੇ 'ਚ ਬਿਜਲੀ ਸਸਤੀ, ਹਰ ਜਗ੍ਹਾ ਜਿਹੜੀ ਸਰਾਊਂਡਿੰਗ ਸਟੇਟ ਜਿਹੜੀਆਂ BJP ਦੀਆਂ ਸਟੇਟਸ ਆ ਉਹਨਾਂ 'ਚ ਬਿਜਲੀ ਸਸਤੀ, ਤਾਂ ਪੰਜਾਬ ਦੀ ਐਸੀ ਵਿਚਿੱਤਰ ਸਥਿਤੀ ਕਿਉਂ ਹੈ ਕਿ ਬਿਜਲੀ ਇੱਥੇ ਨਿਰੰਤਰ ਮਹਿੰਗੀ ਹੋ ਰਹੀ ਹੈ? ਦਿਸ ਸ਼ੋਜ਼ ਦਾ ਫੇਲੀਅਰ ਆਫ ਦਿਸ ਕੈਪਟਨ ਗੌਰਮੈਂਟ। ਔਨ ਦਾ ਕੌਂਟਰੇਰੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਕਲਚਰ 'ਚ ਕੀ ਫਰਕ ਹੈ? ਮੋਦੀ ਜੀ ਜਿਹੜੇ ਕਿ ਦੁਬਾਰਾ ਪ੍ਰਧਾਨ ਮੰਤਰੀ ਬਣੇ ਨੇ ਇੱਕ ਬੜੇ ਵੱਡੇ ਮੈਂਡੇਟ ਨਾਲ, ਪਹਿਲੀ ਕੈਬਨਿਟ ਦੀ ਮੀਟਿੰਗ ਜੋ ਉਹਨਾਂ ਨੇ ਸ਼ਾਨਦਾਰ ਘੋਸ਼ਣਾਵਾਂ ਕੀਤੀਆਂ ਨੇ ਉਹਦੇ 'ਚ 15 ਕਰੋੜ ਕਿਸਾਨਾਂ ਨੂੰ ਇਰਰਿਸਪੈਕਟਿਵ ਆਫ ਦੇਅਰ ਲੈਂਡ ਏਰੀਆ 6,000 ਰੁਪਏ ਦੀ ਜਿਹੜੀ ਪੈਨਸ਼ਨ ਹੈ ਉਹ ਮੋਦੀ ਜੀ ਨੇ ਕੈਬਨਿਟ 'ਚ ਆਉਂਦਿਆਂ ਹੀ ਘੋਸ਼ਿਤ ਕਰਤੀ ਹੈ। 13 ਕਰੋੜ ਅਨਔਰਗਨਾਈਜ਼ਡ ਲੇਬਰ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਸੀ, ਮਜ਼ਦੂਰ ਨੇ ਜਿਸ ਵੇਲੇ ਉਹ ਵਿਰੁੱਧ ਹੋ ਜਾਂਦੇ ਸੀ, ਜਿਸ ਵੇਲੇ ਉਹਨਾਂ ਦੇ ਅੰਗ ਕੰਮ ਨਹੀਂ ਸੀ ਕਰਦੇ, ਉਹ ਮਜ਼ਦੂਰੀ ਨਹੀਂ ਸੀ ਕਰ ਸਕਦੇ, ਉਹਨਾਂ ਦੀ ਕੋਈ ਸੋਸ਼ਲ ਸਿਕਿਉਰਿਟੀ ਫਾਈਨੈਂਸ਼ੀਅਲ ਸਿਕਿਉਰਿਟੀ ਨਹੀਂ ਸੀ। ਮੋਦੀ ਜੀ ਨੇ 3,000 ਰੁਪਏ ਦੀ ਸਿਕਿਉਰਿਟੀ ਐਸੇ ਮਜ਼ਦੂਰਾਂ ਲਈ ਦਿੱਤੀ ਹੈ। ਤੀਸਰੀ ਘੋਸ਼ਣਾ ਕਿ ਬਿਜ਼ਨਸ ਕਮਿਊਨਿਟੀ ਦੀ ਹਮੇਸ਼ਾ ਇਹ ਮੰਗ ਰਹਿੰਦੀ ਸੀ ਕਿ ਸਾਨੂੰ ਕਿਉਂ ਨਹੀਂ ਕੋਈ ਪੈਨਸ਼ਨ ਮਿਲਦੀ? ਜਿਹੜੇ ਛੋਟੇ ਦੁਕਾਨਦਾਰ ਸੀ, ਛੋਟੇ ਟ੍ਰੇਡਰ ਸੀ, ਛੋਟੇ ਵਿਵਸਾਈ ਸੀ, ਉਹ ਹਮੇਸ਼ਾ ਇਹ ਕਹਿੰਦੇ ਸੀਗੇ ਕਿ ਅਸੀਂ ਵੀ ਬੜੇ ਮਿਹਨਤ ਦੇ ਨਾਲ ਛੋਟੇ ਲੈਵਲ 'ਤੇ ਆਪਣਾ ਪਰਿਵਾਰ ਪਾਲ ਲਿਆ ਕਮਾਈ ਕਰਕੇ। ਅੱਜ ਮੋਦੀ ਜੀ ਨੇ ਇੱਕ ਨਵੇਂ ਯੁੱਗ ਦਾ ਜੋ ਆਰੰਭ ਕੀਤਾ ਉਹ ਇਹ ਆਰੰਭ ਕੀਤਾ ਕਿ ਉਹ ਜਿਨ੍ਹਾਂ ਦੀ 1.5 ਕਰੋੜ ਤੋਂ ਘੱਟ ਟਰਨਓਵਰ ਹੋਏਗੀ ਉਹਨਾਂ ਨੂੰ 60 ਸਾਲ ਦੀ ਆਯੂ ਤੋਂ ਬਾਅਦ 3,000 ਰੁਪਏ ਪੈਨਸ਼ਨ ਮਹੀਨੇ ਦੀ ਮਿਲੇਗੀ। ਇਹ ਬਹੁਤ ਵੱਡੇ ਨਿਰਣੇ ਨੇ। ਇਹ ਕਿਉਂ ਵੱਡੇ ਨਿਰਣੇ ਨੇ? ਕਿ ਇੱਕ ਯੁੱਗ ਦੀ ਸ਼ੁਰੂਆਤ ਹੈ। ਜਿਸ ਤਰ੍ਹਾਂ ਕਿਸੇ ਵੇਲੇ ਬੁਢਾਪਾ ਪੈਨਸ਼ਨ ਸ਼ੁਰੂ ਹੋਏਗੀ 100 ਰੁਪਏ ਤੋਂ, ਉਹ ਵਧੀ 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 ਕਿੱਥੇ ਪਹੁੰਚ ਗਈ? ਇਸੇ ਤਰ੍ਹਾਂ ਵਿਧਵਾ ਪੈਨਸ਼ਨ, ਸ਼ਗਨ ਸਕੀਮ, ਜਿੰਨੀਆਂ ਸੋਸ਼ਲ ਵੈਲਫੇਅਰ ਸਕੀਮ ਸ਼ੁਰੂ ਹੋਈਆਂ ਉਹਨਾਂ ਦਾ ਫਿਰ ਕੁਆਂਟਮ ਵਧਿਆ। ਮੋਦੀ ਜੀ ਨੇ ਇੱਕ ਸ਼ੁਰੂਆਤ ਕਰ ਦਿੱਤੀ ਹੈ ਜਿਹੜੀ ਕਿ ਨਿਰੰਤਰ ਜਿਸ ਤਰ੍ਹਾਂ ਇਨਫਲੇਸ਼ਨ ਦੇ ਨਾਲ ਰਾਈਜ਼ ਹੁੰਦਾ ਰਹਿੰਦਾ ਹੈਗਾ DA ਦਾ ਜਾਂ ਹੋਰ, ਇਹ ਵੀ ਸਕੀਮਸ ਜਿਹੜੀਆਂ ਟਾਈਮ ਟੂ ਟਾਈਮ ਹੁਣ ਉਹਨਾਂ ਨੇ ਇੱਕ ਇਤਿਹਾਸ ਦੀ ਰਚਨਾ ਕਰਤੀ ਹੈ, ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਤੀ ਹੈ। ਹੁਣ ਇਹ ਆਉਣ ਵਾਲੇ ਟਾਈਮ ਵਿੱਚ 3,000 ਦਾ 5 ਹੋਏਗਾ, 5 ਦਾ 7 ਹੋਏਗਾ, 7 ਦਾ 10 ਹੋਏਗਾ। ਇਟ ਮੀਨਸ ਹੀ ਹੈਜ਼ ਗਿਵਨ ਸੋਸ਼ਲ ਸਿਕਿਉਰਿਟੀ ਟੂ ਐਵਰੀ ਪਾਰਟ ਆਫ ਦਾ ਸੋਸਾਇਟੀ। ਇਹ ਸਭ ਤੋਂ ਵੱਡੀ ਉਪਲਬਧੀ। ਈਵਨ 10% ਜਿਹੜਾ ਆਰਕਸ਼ਣ ਦਿੱਤਾ, ਬੜੀ ਪੁਰਾਣੀ ਮੰਗ ਸੀ, ਕਿਸੇ ਦਾ ਆਰਕਸ਼ਣ ਖੋਇਆ ਨਹੀਂ ਉਹਨਾਂ ਨੇ, ਪਰ ਜਿਹੜੀ ਜਨਰਲ ਕੈਟੇਗਰੀ ਹੈ ਉਹਦੇ 'ਚ ਵੀ ਜਿਹੜਾ ਕੋਈ ਫਾਈਨੈਂਸ਼ੀਅਲ ਲੈਵਲ ਦੇ ਉੱਤੇ ਕਮਜ਼ੋਰ ਵਿਅਕਤੀ ਹੈ, ਇਹ ਮੋਦੀ ਜੀ ਨੇ ਜਿਨ੍ਹਾਂ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਕਿ 10% ਆਰਕਸ਼ਣ ਉਹਨਾਂ ਨੂੰ ਵੀ ਮਿਲੇਗਾ ਹੂ ਆਰ ਫਾਈਨੈਂਸ਼ੀਅਲੀ ਬੈਕਵਰਡ, ਉਸ ਤੋਂ ਵੱਡੀ ਗੱਲ ਕਿ ਜਿਹੜੇ ਲੋਕਾਂ ਨੇ ਮਿਲਟਰੀ ਆਪਣਾ ਜਿਹੜੀਆਂ ਪੁਲਿਸ ਫੋਰਸਿਸ ਦੇ, ਚਾਹੇ ਉਹ CRP ਦੇ ਨੇ, ਚਾਹੇ ਉਹ BSF ਦੇ ਨੇ, ਚਾਹੇ ਉਹ ਆਪਣੀਆਂ ਪੁਲਿਸ ਫੋਰਸਿਸ ਦੇ ਨੇ, ਦੇਸ਼ ਦੀ ਔਰ ਉਸ ਪ੍ਰਦੇਸ਼ ਦੀ ਸੁਰੱਖਿਆ ਦੇ ਲਈ ਆਪਣੀ ਜਾਨ ਦਿੱਤੀ, ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਜਿਹੜੀ ਸਕਾਲਰਸ਼ਿਪ ਸੀਗੀ ਉਹ ਸਕਾਲਰਸ਼ਿਪ ਵਧਾ ਦਿੱਤੀ ਹੈ। ਜਿਹੜੇ ਬੋਇਜ਼ ਨੇ, ਲੜਕੇ ਨੇ, ਉਹਨਾਂ ਦੀ 2,000 ਤੋਂ 2,500 ਔਰ ਜਿਹੜੀਆਂ ਬੱਚੀਆਂ ਨੇ ਉਹਨਾਂ ਦੀ 2,250 ਤੋਂ 3,000। ਇਹ ਪਹਿਲੀ ਕੈਬਨਿਟ ਦਾ ਨਿਰਣੇ ਹੈ। ਸੋ ਦਿਸ ਇਜ਼ ਦਾ ਕੰਪੈਰੀਜ਼ਨ ਕਿ ਕਾਂਗਰਸ 3 ਸੂਬਿਆਂ 'ਚ ਸਰਕਾਰ ਬਣਾ ਗਿਆ ਹੀ, ਕਿਸਾਨਾਂ ਨਾਲ ਧੋਖਾ ਕੀਤਾ। ਅੱਜ ਜਿੱਥੇ ਮੋਦੀ ਜੀ ਨੇ ਅੱਜ ਕਿਸਾਨਾਂ ਨੂੰ ਰਾਹਤ ਦਿੱਤੀ ਹੈ, ਇਹ ਮੋਦੀ ਜੀ ਨੇ ਰਾਹਤ ਦਿੱਤੀ ਕਿ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ 1.5 ਗੁਣੀ ਕੀਤੀ ਔਰ ਹੁਣ ਉਹਨਾਂ ਦਾ ਵਾਅਦਾ ਹੈ ਕਿ 2022 ਤੱਕ ਅਸੀਂ 2 ਗੁਣੀ ਕਰਾਂਗੇ। ਆਸ ਵਿਸ਼ਵਾਸ ਵਿੱਚ ਬਦਲ ਚੁੱਕੀ ਹੈ, ਮੋਦੀ ਜੀ ਤਾਂ ਹੁਣ ਸਭ ਵਿਸ਼ਵਾਸ ਕਰਦੇ ਨੇ। ਇਸੇ ਤਰ੍ਹਾਂ ਉਹਨਾਂ ਨੇ ਜੋ ਇਹ ਆਪਣਾ ਨੀਮ ਯੂਰੀਆ, ਕਿਸੇ ਪਾਸੇ ਕਿਸਾਨ ਪੈਸੇ ਲੈ ਕੇ ਜਾਂਦਾ ਸੀ ਅਤੇ ਕਾਂਗਰਸ ਦੀ ਸਰਕਾਰ ਦੇ ਭ੍ਰਿਸ਼ਟਾਚਾਰੀ ਡੰਡੇ ਮਾਰਦੇ ਸੀ, ਅੱਜ ਉਹਨਾਂ ਨੂੰ ਯੂਰੀਆ ਉਪਲਬਧ ਹੈ, ਔਰ ਦੂਜੇ ਪਾਸੇ
ਅਮਰਿੰਦਰ ਸਿੰਘ ਦੀ ਜੋ ਸਰਕਾਰ ਹੈ ਜਾਂ ਕਾਂਗਰਸ ਦੀਆਂ ਦੂਜੀਆਂ ਸਰਕਾਰਾਂ, ਚਾਹੇ ਉਹ ਮੱਧ ਪ੍ਰਦੇਸ਼ 'ਚ ਹੋਏ, ਚਾਹੇ ਉਹ ਰਾਜਸਥਾਨ ਦੇ ਵਿੱਚ ਹੋਏ, ਚਾਹੇ ਉਹ ਛੱਤੀਸਗੜ੍ਹ 'ਚ ਹੋਏ, ਕਿਉਂ ਝਾੜੂ ਫਿਰਿਆ 3 ਮਹੀਨੇ 'ਚ ਕਿ ਜੋ ਝੂਠੇ ਵਾਅਦੇ ਕਰਕੇ ਉਹ ਆਏ ਸੀਗੇ ਉਹ ਝੂਠੇ ਵਾਅਦਿਆਂ ਨੂੰ ਨਕਾਰ ਦਿੱਤਾ ਲੋਕਾਂ ਨੇ, ਔਰ ਉਸੇ ਕਰਕੇ ਸਜ਼ਾ ਮਿਲੀ ਕਿ ਉਹ ਸੂਬਿਆਂ ਦੇ ਵਿੱਚ ਇੱਕ ਥੰਪਿੰਗ ਮੈਜੋਰਿਟੀ ਦੇ ਨਾਲ ਵਾਪਸੀ ਹੋਈ ਹੈ ਭਾਰਤੀ ਜਨਤਾ ਪਾਰਟੀ ਦੀ। ਕਾਂਗਰਸ ਕਲਚਰ ਕੀ ਹੈ ਜੀ ਅੱਜ? ਜੋ ਮੈਂ ਸਮਝਣਾ ਕਿ ਬੀਜੇਪੀ ਪੰਜਾਬ ਵੱਲੋਂ ਮੈਂ ਵਧਾਈ ਦਿਆਂਗਾ ਆਪਣੇ ਲੱਖਾਂ ਕਾਰਜਕਰਤਾਵਾਂ ਨੂੰ, ਔਰ ਮੈਂ ਵਧਾਈ ਦਿਆਂਗਾ ਬੀਜੇਪੀ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਿ ਜੋ ਉਹਨਾਂ ਨੇ ਸਾਨੂੰ ਸਨਮਾਨ ਬਖਸ਼ਿਆ। ਹਾਈ ਬੈਸਟ ਪਰਫਾਰਮਰ ਇਨ ਪੰਜਾਬ, ਇਫ ਵੀ ਗੋ ਪਰਸੈਂਟੇਜ ਵਾਈਜ਼, ਵੀ ਹੈਵ ਵੀ ਕੰਟੈਸਟਿਡ 3 ਸੀਟਸ, ਵੀ ਆਰ ਵਿਕਟੋਰੀਅਸ ਔਨ 2 ਸੀਟਸ, ਦਾ ਸਟ੍ਰਾਈਕ ਰੇਟ ਸਕਸੈਸ ਇਜ਼ 67%, ਵਿਚ ਇਜ਼ ਦਾ ਹਾਈਐਸਟ ਇਨ ਦਾ ਸਟੇਟ। ਸੈਕਿੰਡ, ਅੱਜ ਤੋਂ 2 ਸਾਲ ਪਹਿਲੇ ਦੇਖੋ ਲੋਕ ਮਤ ਹਮੇਸ਼ਾ ਸਿਰ ਮੱਥੇ ਆ ਸੀ, ਆਦਰਯੋਗ ਹੱਥ ਜੋੜ ਕੇ ਸਵੀਕਾਰ ਕੀਤਾ ਸੀ। 2017 ਵਿੱਚ ਅਸੀਂ 3 ਵਿਧਾਨ ਸਭਾ ਦੇ ਸਿਰਫ ਸਫਲ ਹੋਏ ਸੀ, 23 ਵਿਧਾਨ ਸਭਾ ਅਸੀਂ ਕੰਟੈਸਟ ਕਰਨੇ ਆ। ਐਤਕੀ ਅਸੀਂ 14 ਵਿਧਾਨ ਸਭਾ ਜਿਹੜੀਆਂ ਨੇ ਉਹਨਾਂ 'ਤੇ ਸਕਸੈਸ ਆਪਣੀ ਕਾਇਮ ਕੀਤੀ ਹੈ, ਜਿੱਤੇ ਆ, ਔਰ ਬਾਕੀ 9 ਵਿਧਾਨ ਸਭਾ ਜਿਹੜੀਆਂ ਕਿ ਅਸੀਂ ਡੈਮੇਜ ਕੰਟਰੋਲ ਮੈਂ ਆਈ ਗਿਵ ਯੂ ਦਾ ਐਗਜ਼ਾਮਪਲ ਆਫ ਅੰਮ੍ਰਿਤਸਰ। ਅੰਮ੍ਰਿਤਸਰ ਦੀਆਂ 4 ਵਿਧਾਨ ਸਭਾ ਜਿਹੜੀਆਂ ਬੀਜੇਪੀ ਨੇ ਲੜੀਆਂ ਸੀ, ਅਸੀਂ 1,05,000 ਵੋਟ ਦੇ ਉੱਤੋਂ ਲੂਜ਼ ਕੀਤਾ ਸੀਗਾ ਜਿਸ ਵੇਲੇ ਕਿ ਲਾਸਟ 2017 ਹੋਇਆ ਸੀ, ਜਿਹੜਾ ਕਿ ਹੁਣ 30,000 ਰਹਿ ਗਿਆ। ਇਹਦਾ ਮਤਲਬ 75,000 ਵੋਟਰ ਨੇ ਸਾਨੂੰ ਦੁਬਾਰਾ ਸਾਡੇ 'ਚ ਵਿਸ਼ਵਾਸ ਪ੍ਰਗਟ ਕੀਤਾ। ਸੇਮ ਲਾਈਕ ਕਿ ਰਾਜਪੁਰਾ ਲਗਭਗ 40,000 ਦਾ ਫਰਕ ਸੀਗਾ, 7,000 ਰਹਿ ਗਿਆ। ਇਸੇ ਤਰ੍ਹਾਂ ਹਰ ਵਿਧਾਨ ਸਭਾ ਦੇ ਵਿੱਚ, ਔਰ ਜਿਹੜਾ ਵੋਟ ਸ਼ੇਅਰ ਸੀ ਸਾਡਾ ਹਾਈਐਸਟ ਵੋਟ ਸ਼ੇਅਰ 8.3 ਰਿਹਾ, ਔਰ ਪਿਛਲੇ ਇਲੈਕਸ਼ਨ 'ਚ ਅਸੀਂ 5.4 ਦੇ ਉੱਤੇ ਆ ਗਏ ਸੀ। ਐਤਕੀ ਇਲੈਕਸ਼ਨ 'ਚ ਜਿਹੜਾ ਵੋਟ ਸ਼ੇਅਰ ਸਾਡਾ 9.63% ਹੈ। ਸੋ ਮੈਂ ਧੰਨਵਾਦੀ ਹਾਂ ਬੀਜੇਪੀ ਦੇ ਕਾਰਜਕਰਤਾ ਦੇ ਅੰਥਕ ਪ੍ਰਯਾਸ ਨੂੰ ਕਿ 1 ਸਾਲ ਚਾਹੇ ਉਹ ਸ਼ਕਤੀ ਕੇਂਦਰ ਹੋਣ, ਤੁਸੀਂ ਮਿਲਦੇ ਰਹੇ ਜਦੋਂ ਅਸੀਂ ਉਹ ਬਣਾ ਰਹੇ ਸੀ, ਚਾਹੇ ਉਹ ਬੂਥਾਂ ਦੀ ਰਚਨਾ ਹੋਈ। ਮੈਨੂੰ ਬੜੀ ਖੁਸ਼ੀ ਹੋਈ ਕਿ ਸੁਖਬੀਰ ਸਿੰਘ ਬਾਦਲ ਜੀ ਦੀ ਇੱਕ ਸਟੇਟਮੈਂਟ ਮੈਂ ਪੜ੍ਹੀ ਜਿਹਦੇ 'ਚ ਉਹਨਾਂ ਨੇ ਪੂਰੀ ਤਾਰੀਫ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਬੂਥ ਮੈਨੇਜਮੈਂਟ ਪ੍ਰੋਗਰਾਮ ਹੈ ਉਹਦੇ ਤੋਂ ਸਾਨੂੰ ਸਭ ਨੂੰ ਸਿੱਖਣ ਦੀ ਲੋੜ ਹੈ। ਉਹ ਸਾਡੇ ਭਾਈਵਾਲ ਨੇ ਔਰ ਉਹਨਾਂ ਨੇ ਤਾਰੀਫ ਕੀਤੀ ਹੈ, ਸਿਰ ਮੱਥੇ 'ਤੇ ਹੈ, ਔਰ ਉਹਦਾ ਸ਼੍ਰੇਅ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਜਾਂਦਾ। ਹੁਣ ਸਾਡੇ ਲਈ ਬੜਾ ਇੱਕ ਜਿਹਨੂੰ ਕਹਿ ਸਕਦੇ ਹਾਂ ਇਮਤਿਹਾਨ ਦੀ ਘੜੀ ਆ ਗਈ ਹੈ। ਅਸ ਬੀਜੇਪੀ ਪੰਜਾਬ ਹਮੇਸ਼ਾ ਚੌਂਕੀਦਾਰ ਬਣ ਕੇ ਰਹੀ, ਔਰ ਕਾਂਗਰਸ ਦੀ ਜੋ ਸਰਕਾਰ ਦੀ ਨਾਕਾਮੀਆਂ ਸੀ, ਕਾਂਗਰਸ ਦੀ ਅਮਰਿੰਦਰ ਸਰਕਾਰ ਦੇ ਜਿਹੜੇ ਝੂਠੇ ਵਾਅਦੇ ਸੀ, ਉਹਨਾਂ ਨੂੰ ਅਸੀਂ ਹਮੇਸ਼ਾ ਤੁਹਾਡੇ ਮਾਧਿਅਮ ਦੇ ਨਾਲ, ਅੰਦੋਲਨ ਦੇ ਮਾਧਿਅਮ ਦੇ ਨਾਲ, ਰੋਸ ਪ੍ਰਦਰਸ਼ਨ ਦੇ ਮਾਧਿਅਮ ਦੇ ਨਾਲ ਅਸੀਂ ਉਹਨਾਂ ਦਾ ਪਰਦਾਫਾਸ਼ ਕਰਦੇ ਨੇ। ਜਨਤਾ ਦੇ ਹੱਕਾਂ ਦੇ ਲਈ ਅਸੀਂ ਸੜਕਾਂ 'ਤੇ ਲੜਾਈ ਲੜੀ ਹੈ ਥਰੂ ਆਊਟ 1 ਸਾਲ ਤੋਂ। ਉਹ ਲੜਾਈ ਸਾਨੂੰ ਨਿਰੰਤਰ ਜਾਰੀ ਕਰਨੀ ਪਏਗੀ, ਕਿਉਂਕਿ ਇਹ ਜੋ ਲੋਕ ਵਿਰੋਧੀ ਸਰਕਾਰ ਹੈ ਕਾਂਗਰਸ ਦੀ, ਅੱਧਾ ਕਾਰਜਕਾਲ ਤਾਂ ਖਤਮ ਹੋ ਗਿਆ, ਗਿਣਾਉਣ ਲਈ ਕੋਈ ਉਪਲਬਧੀ ਨਹੀਂ। ਮੈਂ ਹੈਰਾਨ ਹੋ ਗਿਆ ਨਵਜੋਤ ਸਿੰਘ ਸਿੱਧੂ ਨੇ ਜਦੋਂ ਵਕਾਲਤ ਕੀਤੀ ਆਪਣੀ ਕਿ ਨਕਸ਼ੇ ਅਸੀਂ ਪਾਸ ਕੀਤੇ ਨੇ। ਇਹ ਨਕਸ਼ੇ ਪਾਸ ਕਰਨਾ ਲੋਕਲ ਬਾਡੀ ਦਾ ਇਕੱਲਾ ਕੰਮ ਹੈ? ਇਹ ਤਾਂ ਵਿਭਾਗ ਦਾ ਕੰਮ ਹੈ, ਅਫਸਰ ਕਰਦੇ ਨੇ। ਮੈਂ ਨਵਜੋਤ ਸਿੰਘ ਸਿੱਧੂ ਔਰ ਅਮਰਿੰਦਰ ਸਿੰਘ ਜੀ ਤੋਂ ਇਹ ਪ੍ਰਸ਼ਨ ਕਰਨਾ, ਅਮਰਿੰਦਰ ਸਿੰਘ ਜੀ ਤਾਂ ਮੰਨ ਹੀ ਗਏ ਕਿ ਸ਼ਹਿਰੀ ਵਿਕਾਸ 'ਤੇ ਅਸੀਂ ਫੇਲ ਹੋ ਗਏ ਹਾਂ ਪੂਰੀ ਤਰ੍ਹਾਂ। ਕਿੰਨੀਆਂ ਸੜਕਾਂ ਬਣਾਈਆਂ, ਕਿੰਨਾ ਸੀਵਰੇਜ ਪਾਇਆ, ਇਹ ਨਹੀਂ ਦੱਸਿਆ। ਕਿੰਨੀ ਵਾਟਰ ਸਪਲਾਈ ਪਾਈ, ਕਿੰਨੇ ਕਿਲੋਮੀਟਰ, ਕਿੰਨੇ ਪਾਰਕਾਂ ਦਾ ਸੁੰਦਰੀਕਰਨ ਕੀਤਾ, ਕਿੰਨੀਆਂ ਐਲੀਵੇਟਿਡ ਰੋਡਸ ਬਣਾਈਆਂ, ਕਿੰਨੇ ਫਲਾਈਓਵਰਸ ਬਣਾਏ, ਕਿੰਨੇ ਓਵਰ ਬ੍ਰਿਜਿਸ ਬਣਾਏ, ਕਿੰਨੇ ਲੋਕਾਂ ਨੂੰ ਮੁਲਾਜ਼ਮਤ ਦਿੱਤੀ, ਜਿਸ ਦਾ ਸਫਾਈ ਵਿਭਾਗ ਹੈ ਉਹਦੇ ਵਿੱਚ ਹੈ, ਜਾਂ ਹੋਰ ਜਿਹੜੀ ਐਮਿਨਿਟੀਜ਼ ਅਸੀਂ ਦਿੰਦੇ ਹਾਂ ਲੋਕਾਂ ਨੂੰ, ਉਹਦੇ ਵਿੱਚ ਕੋਈ ਭਰਤੀ। ਮੈਂ ਮੇਅਰ ਸੀਗਾ ਅੰਮ੍ਰਿਤਸਰ ਦਾ ਜੀ, 2,000 ਲੋਕਾਂ ਨੂੰ ਮੈਂ ਮੁਲਾਜ਼ਮਤ ਪੱਕੀ ਦਿੱਤੀ ਸੀਗੀ, ਅੱਜ ਰਿਕਾਰਡ ਦੇ ਉੱਤੇ ਹੈ। ਅੱਜ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਤੋਂ ਮੈਂ ਜਵਾਬ ਮੰਗਣਾ ਕਿ ਅਸਲੀ ਗੱਲ ਕਰੋ। ਨਵਜੋਤ ਸਿੰਘ ਸਿੱਧੂ ਨਹੀਂ ਮੰਨ ਰਿਹਾ, ਕੈਪਟਨ ਤਾਂ ਮੰਨ ਗਏ, ਕਿ ਤੁਸੀਂ ਡਿਵੈਲਪਮੈਂਟ ਕਿੰਨੀ ਕੀਤੀ, ਨਕਸ਼ਿਆਂ ਦੇ ਵਿੱਚ ਕਿੱਥੇ ਉਲਝ ਗਏ ਹੋ, ਨਕਸ਼ੇ ਕਿਉਂ ਪਾਸ ਕੀਤੇ ਜਾਂਦੇ ਨੇ ਉਹ ਵੀ ਪਤਾ ਹੈ, ਉਹ ਸਭ ਨੂੰ ਜਾਣਕਾਰੀ ਹੈ ਕਿ ਭ੍ਰਿਸ਼ਟਾਚਾਰ ਕਿੰਨਾ ਹੋਇਆ ਹੈ, ਜੋ ਕਿੱਥੇ ਹੋਇਆ, ਜਿਹਦੇ ਕਰਕੇ ਉਹ ਵਿਭਾਗ ਦੀ ਆਪਣੀ ਜਾਣਕਾਰੀ ਦੇ ਰਹੇ ਨੇ। ਮੈਂ ਤਾਂ ਉਹ ਮੰਗ ਰਿਹਾ ਕਿ ਲੋਕਾਂ ਨੂੰ ਸੁਵਿਧਾਵਾਂ, ਸਟਰੀਟ ਲਾਈਟ ਤੁਸੀਂ ਕਿੰਨੀ ਲਗਾਈ ਹੈਗੀ ਹੈ, ਮਸ਼ੀਨਰੀ ਜਿਹੜੀ ਕਿ ਸਫਾਈ ਮਸ਼ੀਨਰੀ ਲੈ ਲਓ ਉਹ ਕਿੰਨੀ ਖਰੀਦੀ ਹੈ, 0, ਟੋਟਲੀ ਫੇਲ। ਉਸ ਤੋਂ ਬਾਅਦ ਕਾਂਗਰਸ ਨੇ ਨੌਕਰੀ ਦਾ ਵਾਅਦਾ ਕੀਤਾ ਸੀ, ਕੋਈ ਨੌਕਰੀ ਨਹੀਂ ਮਿਲੀ, ਔਰ ਮੋਬਾਈਲਾਂ ਦਾ ਵਾਅਦਾ ਕੀਤਾ ਸੀ, ਕੋਈ ਮੋਬਾਈਲ ਕਿਸੇ ਨੂੰ ਨਹੀਂ ਮਿਲਿਆ। ਹਾਂ,
एक ड्रामा जरूर मिलिया। प्राइवेट कंपनीज रिक्रूट कर दी है, उन्हों का एक प्राइवेट कंपनी का प्रोसीजर हों, कैंपस इंटरव्यूज करते हैं, कुछ आ गए कुछ वैसे इंटरव्यूज रखते हैं। ये बेगानी जंज अब्दुल्ले पहुंच गए, एक कांग्रेसी कैप्टन अमरिंदर एंड कंपनी, और बैठ गए जाके इंटरव्यू बोर्ड के नाल कि असी नौकरियां दे, तुसी कहदियां नौकरियां दे रहे हो। हुण टाटा कोई नौकरी देगा, बिरला कोई नौकरी देगा, रिलायंस कोई नौकरी देगा, या JCT कोई नौकरी देगी, पंजाब सरकार का की योगदान है? ओही नौकरियां जाके उन्होंने खाते खोल ले, वो लिख लिख के देई जाते हैं, असी नौकरी किसी को 10,000 की, किसी को 12,000 की, वो नौकरियां जिहड़ियां वो नौकरियां तो दित्तियां प्राइवेट कंपनीज ने। तुसी ये दसो कि सरकारी नौकरी तुसी वादा किया सी हर घर च सरकारी नौकरी, और 2500 रुपए बेरोजगारी भत्ता वो किन्नियां नूं तुसी दित्ता, किन्ने विद्यार्थियों तुसी अज तक मोबाइल लैके दिता? दूसरा मैं समझना जिथे सानूं जंग लड़नी पैनी है, आयुष्मान योजना। कि आयुष्मान योजना इन्नी बेहतरीन योजना केंद्र सरकार की, 50 करोड़ देशवासियों नूं मुफ्त इलाज की सुविधा मिली है, 5 लाख रुपए सालाना, और 5 लाख रुपए सालाना बड़ा अच्छा बजट है जी, जिदे इच के दवाई भी कवर्ड है, जिदे इच हॉस्पिटलाइजेशन भी कवर्ड है, जिदे इच सर्जरी भी कवर्ड है, जिदे इच हॉस्पिटल स्टे भी कवर्ड है, ईवन पोस्ट ऑपरेशन 10 दिन तक स्टे कवर्ड है। अज 3.5 करोड़ पंजाब की जनसंख्या है, वो लगभग 2.25 करोड़ लोग गरीब लोग ने जिहड़े कि इस योजना का लाभ लैन आए ने। अज मैं सवाल करना कैप्टन अमरिंदर तो कि अज ये योजना ना लागू करन दा देश इच ते की हो रहा? असीं देख रहे हैं कि एक गरीब जिन्हों के हार्ट की प्रॉब्लम सी, पहले तो उसके घर के जिहड़े बच्चे सीगे वो आप ही कहिंदा सी मेरा ऑपरेशन ना कराना तुहाडा कल का भविख उजड़ जाएगा, और वह मृत्यु नूं अपना गले लगा लैंदा सी, आलिंगन कर लैंदा सी। अज ऐसे गरीब व्यक्ति नूं सरकार ने हार्ट सर्जरी कराती है, सरकार ने हर तरह की सर्जरी जिहड़ी है वो उपलब्ध कराई है। केवल पंजाब एक ऐसा प्रदेश है जिथे काली सरकार कांग्रेस की है जिन्होंने कि महरूम रखे है, उन्हें जिहड़े लोग मृत्यु का आलिंगन कर रहे ने कैप्टन अमरिंदर सरकार की नलायकी करके, उन्होंने दी मौतां दा और उन्होंने जिहड़े लॉस होंगे, जिहड़े उन्होंने शरीरिक लॉस होंगे, उसका जिम्मेवार केवल एक व्यक्ति कैप्टन अमरिंदर सिंह ते उन्होंने सरकार होगी। ये मैं खुले तौर पर, और ये खिलाफ असी पूरा अंदोलन छेड़िया होया, जब तक ये अलोकतांत्रिक कार्रवाई जिहड़ी है ये बंद नहीं करेंगे, असी ये सुविधार हालत ही पंजाब के लोगों को दवा के रवांगे। और कीता की है तंदुरुस्त पंजाब, किहड़ा तंदुरुस्त पंजाब? कैप्टन अमरिंदर सिंह तो मैं जवाब मंगना कि बजट किन्ना दिता है तंदुरुस्त पंजाब नूं, कि DC नूं कहता कि फेक मेले ला दिओ उत्थे, और DC बेचारे कभी किसी को या जो SDM ने अरेंज करके फंड, एक फेक मेला लग गया जी तंदुरुस्त पंजाब। हर चीज़ बजट नाल हुंदी, जे मोदी जी ने आयुष्मान किया तो बजट एलोकेट किया है। अज मैं इन्हों पुछना चाहना वा वो कितने है बजट? 1 लाख करोड़ रुपया मोदी जी ने दिता है किसानों की पेनशन, जिहड़े किसानों की 3,000 पेनशन है, 1 लाख करोड़ रुपया तंदुरुस्त पंजाब लई कैप्टन अमरिंदर घोषित करे कि उन्हें किन्ने पैसे एलोकेट किए ने। ये लोगों सिर्फ आई वॉशिंग कर रहे हैं और मूर्ख बना रहे हैं। उस तो बाद तीसरा ड्रग्स, असी नशे च डुबिया पंजाब, कैप्टन गद्दी छोड़ो अंदोलन, ये सब अंदोलन ने जिहड़े कि BJP पंजाब आने वाले समय च इस सरकार नूं बख्शेगी नहीं, इस सरकार नूं सड़कां दे उतारांगे, इस सरकार नूं लोगां दी अदालत दे विच खड़ा करांगे। अज ड्रग्स जिथे के गुटका साहब की सौ खाधी सी कि ड्रग्स एरेडिकेट करांगे, अज आर्टिकल छपिया मैं एक अखबार च पढ़िया कि संगरूर जिले दे विच जो मातावां ने मातृ शक्ति है वह कट्ठियां हुई हैं, और उन्होंने जाके प्रशासन नूं जगाया और उन्होंने घेरा पाया अपने घरां दा कि खुले आम नशे के सौदागर चिट्टा लै के बच्चियां दे घरां तक पहुंच रहे ने। मावां ने सुरक्षा कवच बनन दी उन्हों लोड़ पै गई, कित्थे है सरकार? एक छपिया है और विद एविडेंस मौड़ या कोई जगह शायद है जी संगरूर दे विच, उस जगह दे उत्ते मावां ने वह महिलावां ने जी एक वाहिनी कहने असी ग्रुप बनाया है, और उहदे च उन्होंने कहा कि अपने घर असी हुण बचावांगीआं क्योंकि सरकार विफल हो गई है। अज नशे च डुबिया पंजाब, कैप्टन गद्दी छोड़ो। अज भारतीय जनता पार्टी पंजाब नशा जिहड़ा है उहदे विरोधी अवेयरनैस, उहदे विरोधी सरकार ਨੂੰ ਮਜਬੂਰ ਕਰਨ ਦੀ ਕਿ ਤੁਹਾਨੂੰ ਨਸ਼ਾ ਨਹੀਂ ਵੇਚਣ ਦੇਵਾਂਗੇ, ਅਸੀਂ ਅੰਦੋਲਨ ਕਰਾਂਗੇ, ਪਰਦਾਫਾਸ਼ ਕਰਾਂਗੇ। ਮੈਂ ਚੇਤਾਵਨੀ ਦੇਣਾ ਤੁਹਾਡੇ ਪਲੇਟਫਾਰਮ ਤੋਂ ਅਮਰਿੰਦਰ ਸਿੰਘ ਨੂੰ ਕਿ ਉਹ ਦਿਨ ਲੱਦ ਗਏ
ਕਿ ਜਿਸ ਵੇਲੇ ਜੇਬਾਂ ਗਰਮ ਕਰਨ ਵਾਲੇ ਹੈ, ਆਉਣ ਵਾਲੇ 2.5 ਸਾਲ ਤੁਸੀਂ ਬੋਝ ਬਣ ਕੇ ਜਿਹੜਾ ਪੰਜਾਬ ਦੇ ਉੱਤੇ ਗੁਜ਼ਾਰਨੇ ਨੇ, ਮੈਨੂੰ ਤਾਂ ਲੱਗਦਾ ਹੈ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਸ਼ਾਇਦ ਇਹ ਸਰਕਾਰ ਖੁਦ ਅਸਤੀਫਾ ਦੇ ਦੇਗੀ। ਆਪਣੇ ਫੇਲੀਅਰ ਦੇ ਉੱਤੇ ਅਸੀਂ ਪੂਰੀ ਲੜਾਈ ਜਿਹੜੀ ਹੈ ਲੜਾਂਗੇ। ਉਸ ਤੋਂ ਬਾਅਦ ਸਿਟੀ ਡਿਵੈਲਪਮੈਂਟ, ਹਜ਼ਾਰਾਂ ਕਰੋੜ ਰੁਪਏ ਸਮਾਰਟ ਸਿਟੀ ਦੇ ਕੇਂਦਰ ਵੱਲੋਂ ਘੋਸ਼ਿਤ ਹੋ ਚੁੱਕੇ ਹੋਏ ਨੇ, ਕੇਂਦਰ ਵੱਲੋਂ ਦਰਵਾਜ਼ੇ ਦੇ ਪਏ ਨੇ। ਇਹ ਆਪਣੀ ਮੈਜਿਕ ਗਰਾਂਟ ਨਹੀਂ ਪਾਉਂਦੇ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਸਮਾਰਟ ਸਿਟੀ ਸਿਟੀਜ਼ ਨੇ ਕੀ ਕੰਮ ਕਰਵਾਇਆ ਜੀ 2.5 ਸਾਲ ਵਿੱਚ? ਇਹ ਸਰਕਾਰ ਜਿਹੜੀ ਅਮਰਿੰਦਰ ਸਰਕਾਰ ਦੀ ਵਿਫਲਤਾ ਦੇ ਨਾਲ ਕੋਈ ਕੰਮ ਨਹੀਂ ਹੋਇਆ। ਅੰਮ੍ਰਿਤ ਸਕੀਮ, ਅੰਮ੍ਰਿਤ ਸਕੀਮ ਦੇ ਵਿੱਚ ਸੈਂਟਰ ਦਾ ਸ਼ੇਅਰ ਤਿਆਰ ਹੈ, ਸਟੇਟ ਦਾ ਸ਼ੇਅਰ ਹੁੰਦਾ ਹੈ ਅਤੇ ਕਾਰਪੋਰੇਸ਼ਨ ਦਾ ਸ਼ੇਅਰ ਹੈ ਜਾਂ ਕਮੇਟੀ ਦਾ ਸ਼ੇਅਰ ਹੈ। ਸਟੇਟ ਵੀ ਸ਼ੇਅਰ ਨਹੀਂ ਪਾ ਰਹੀ, ਕਮੇਟੀ ਵੀ ਸ਼ੇਅਰ ਨਹੀਂ ਪਾ ਰਹੀ। ਕੇਂਦਰ ਦਾ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਅੰਮ੍ਰਿਤ ਸਕੀਮ ਦਾ ਤੁਸੀਂ ਦੇਖੋ ਪੜ੍ਹ ਲਓ, ਉਹ ਇਸ ਵੇਲੇ ਦਰਵਾਜ਼ੇ 'ਤੇ ਪਿਆ ਹੋਇਆ ਹੈ ਅਨਯੂਟੀਲਾਈਜ਼ਡ ਬਿਕੋਜ਼ ਆਫ ਦਾ ਫੇਲੀਅਰ ਆਫ ਦਿਸ ਅਨਡੈਮੋਕ੍ਰੇਟਿਕ ਗੌਰਮੈਂਟ ਕਿ ਜਿਹਨੇ ਵੋਟ ਲੈ ਕੇ ਲੋਕਾਂ ਨੂੰ ਧੋਖਾ ਦਿੱਤਾ ਹੈਗਾ। ਅੱਜ ਸਾਰੀਆਂ ਸਮਾਜਿਕ ਭਲਾਈ ਦੀਆਂ ਸਕੀਮਾਂ ਬੰਦ, ਬੁਢਾਪਾ ਪੈਨਸ਼ਨ ਬੰਦ, ਵਿਧਵਾ ਪੈਨਸ਼ਨ ਬੰਦ, ਸ਼ਗਨ ਸਕੀਮ ਬੰਦ, ਆਟਾ ਦਾਲ ਸਕੀਮ ਬੰਦ। ਸੋ ਮੈਂ ਸਮਝਣਾ ਵਾਂ ਕਿ ਉਹਦਾ ਹੀ ਅੱਜ ਰਿਜ਼ਲਟ ਹੈ ਕਿ ਸਰਕਾਰ ਨੂੰ ਜੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਅਪਾਰ ਸਮਰਥਨ ਮਿਲਿਆ ਪੰਜਾਬ ਵੱਲੋਂ। ਮੈਂ ਪੰਜਾਬ ਦਾ ਅਧਿਅਕਸ਼ ਹੋਣ ਦੇ ਨਾਤੇ ਵਾਅਦਾ ਕਰਨਾ ਪੰਜਾਬ ਦੇ ਨਿਵਾਸੀਆਂ ਨਾਲ ਕਿ ਸਾਡਾ ਹੁਣ ਇੱਕੋ ਹੀ ਟੀਚਾ ਰਹੇਗਾ ਕਿ ਤੁਸੀਂ ਇੰਨਾ ਜਿਹੜਾ ਵੱਡਾ ਮੈਂਡੇਟ ਦੇ ਕੇ ਮੋਦੀ ਜੀ ਦੀ ਸਰਕਾਰ ਬਣਾਈ ਹੈ, ਇੰਨੀ ਇੱਜ਼ਤ ਸਾਨੂੰ ਦਿੱਤੀ ਹੈ, ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਮਾਧਿਅਮ ਬਣੇਗਾ, ਕੇਂਦਰ ਸਰਕਾਰ ਦੀਆਂ ਜਿਹੜੀਆਂ ਉਪਲਬਧੀਆਂ ਨੇ, ਸਕੀਮਸ ਨੇ, ਉਹਨਾਂ ਨੂੰ ਪੰਜਾਬ ਦੇ ਘਰ ਘਰ ਪਹੁੰਚਾਉਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਮਾਧਿਅਮ ਬਣੇਗਾ ਕਿ ਮੋਦੀ ਜੀ ਨੇ ਜਿਹੜੀ ਫੁਲਵਾੜੀ ਸਜਾ ਕੇ ਰੱਖੀ ਹੈ ਸੁਵਿਧਾਵਾਂ ਦੀ, ਉਹਦੀ ਮਹਿਕ, ਉਹਦੀ ਖੁਸ਼ਬੋ ਜਿਹੜੀ ਹੈ ਪੰਜਾਬ ਦਾ ਹਰ ਘਰ ਉਹਦੀ ਖੁਸ਼ਬੋ ਦੇ ਨਾਲ ਮਹਿਕੇਗਾ। ਔਰ ਫਿਰ ਮੈਂ ਵਧਾਈ ਦਿੰਦਾ ਹੋਇਆ ਭਾਜਪਾ ਦੇ ਕਾਰਜਕਰਤਾਵਾਂ ਨੂੰ ਕਿ ਇਹ ਨਾ ਸੌਵੇਗਾ, ਨਾ ਇਹ ਅੱਕੇਗਾ, ਨਾ ਇਹ ਥੱਕੇਗਾ। ਅਸੀਂ ਅੰਦੋਲਨ ਦੇ ਉੱਤੇ ਚੱਲਾਂਗੇ ਕਿਉਂਕਿ ਅੱਜ ਪੰਜਾਬ ਕਾਂਗਰਸ ਰੂਪੀ ਇੱਕ ਰਾਕਸ਼ਸ ਦੇ ਹੱਥ ਦੇ ਵਿੱਚ ਦਬੋਚੀ ਗਈ ਹੈ। ਅੱਜ ਕਾਂਗਰਸ ਦੇ ਖੂਨੀ ਪੰਜੇ ਨੇ ਪੰਜਾਬ ਨੂੰ ਦਬੋਚ ਕੇ ਉਹਦਾ ਖੂਨ ਚੂਸ ਰਿਹਾ। ਇਸ ਪੰਜੇ ਤੋਂ ਜਦ ਤੱਕ ਅਸੀਂ ਪੰਜਾਬ ਨੂੰ ਆਜ਼ਾਦ ਨਹੀਂ ਕਰਾ ਲੈਂਦੇ, ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਘਰ ਨਹੀਂ ਬੈਠੇਗਾ। ਧੰਨਵਾਦ। ਐਨੀ ਕੁਐਸਚਨ? ਵਨ ਬਾਈ ਵਨ ਜੀ, ਵਨ ਬਾਈ ਵਨ। This is the failure in governance. I tell you, I got your point. This is complete failure in governance of this Amarinder government. ਮੈਂ ਇਹ ਇਨਸੇ ਪ੍ਰਸ਼ਨ ਕਰਤਾ ਹੂੰ ਅਮਰਿੰਦਰ ਸਿੰਘ ਜੀ ਸੇ, ਆਪਕੇ ਮਾਧਿਅਮ ਸੇ, ਕਿ ਜਬ ਗੁਟਕਾ ਸਾਹਿਬ ਪਕੜ ਕੇ ਔਰ ਜਬ ਸਰਦਾਰ ਮਨਮੋਹਨ ਸਿੰਘ ਕੀ ਗਵਾਹੀ ਮੇਂ ਇਹਨੇ ਵਾਅਦਾ ਕੀਆ ਥਾ ਕਿ ਹਮ ਪੰਜਾਬ ਕੋ ਨਸ਼ਾ ਮੁਕਤ ਕਰੇਂਗੇ 4 ਹਫ਼ਤੋਂ ਮੇਂ, ਤੋ ਕਿਆ ਉਸ ਟਾਈਮ ਯੇ ਸਾਥ ਕਹਾ ਥਾ ਕਿ ਇਹ ਕੇਂਦਰ ਕੇ ਦੁਆਰਾ ਮੋਦੀ ਜੀ ਕੀ ਮਦਦ ਲੈ ਕੇ ਹਮ ਕਰਵਾਏਂਗੇ? ਦੂਸਰਾ ਕਿ ਇਹ ਜੋ ਕਿਸਾਨੋ ਕੇ ਕਰਜ਼ੇ ਕੇ ਉੱਪਰ ਵੀ ਇਹ ਗੁਹਾਰ ਲਗਾ ਰਹੇ ਹੈ ਮੋਦੀ ਜੀ ਕੀ, ਜਬ ਇਹਨੇ ਯੇ ਵਾਅਦਾ ਕੀਆ ਥਾ, ਕਿਆ ਮੋਦੀ ਜੀ ਕਾ ਨਾਮ ਲਿਆ ਥਾ? ਔਰ ਆਜ ਮੈਂ ਸਮਝਤਾ ਹੂੰ ਇਸ ਅਪਰਾਧ ਮੇਂ ਸਹਿਭਾਗੀ ਹੈ ਸਰਦਾਰ ਮਨਮੋਹਨ ਸਿੰਘ, ਵੋ ਇੱਕ ਵਰਿਸ਼ਠ ਕਾਂਗਰਸ ਕੇ ਨੇਤਾ ਹੈ, ਪਰ ਮੈਂ ਭਾਜਪਾ ਕਾ ਇੱਕ ਸਿਪਾਹੀ ਹੋਣੇ ਕੇ ਨਾਤੇ ਜਵਾਬ ਮੰਗਤਾ ਹੂੰ ਮਨਮੋਹਨ ਸਿੰਘ ਜੀ ਸੇ ਕਿ ਅਮਰਿੰਦਰ ਸਿੰਘ ਜੀ ਨੇ ਆਪਕੀ ਪ੍ਰੈਜੈਂਸ ਮੇਂ ਯੇ ਝੂਠਾ ਵਾਅਦਾ ਕੀਆ ਥਾ ਪੰਜਾਬ ਕੇ ਸਾਥ, ਤੋ ਅਬ ਉਹ ਕੇਂਦਰ ਕੀ ਤਰਫ ਗੁਹਾਰ ਲਗਾ ਕੇ ਭਾਗ ਰਹੇ ਹੈ? ਕਿਆ ਕੇਂਦਰ ਕਾ ਯਾ ਮੋਦੀ ਜੀ ਕਾ ਉਸ ਟਾਈਮ ਨਾਮ ਲਿਆ ਥਾ? ਅਗਲਾ ਕੁਐਸਚਨ ਵਨ ਬਾਈ ਵਨ, ਵਨ ਬਾਈ ਵਨ, ਲੈਟਸ 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 ਲੈਟਸ। ਸਰ ਮੇਰਾ ਸਵਾਲ ਹੈ ਕਿ ਸਰ ਅੰਮ੍ਰਿਤਸਰ ਦੇ ਵਿੱਚ ਆ ਕੇ ਅਰਬਨ ਡਿਵੈਲਪਮੈਂਟ ਮਿਨਿਸਟਰ ਹਰ ਜਾਂਦੇ ਨੇ ਬੜੀ ਬੁਰੀ ਤਰ੍ਹਾਂ ਨਾਲ, ਸਾਰਾ ਦਿਨ ਨਾ ਕਿਸੇ ਨੂੰ ਨਜ਼ਰ ਆਉਂਦੇ, ਮੋਦੀ ਸਰਕਾਰ ਦੀਆਂ ਪ੍ਰੀਮੀਅਰ ਸਕੀਮਾਂ ਕਿੱਥੇ ਹੋਵਾਂ ਅੰਮ੍ਰਿਤਸਰ ਦੇ ਵਿੱਚ? ਔਰ ਦੂਸਰਾ ਸਵਾਲ ਮੇਰਾ ਇਹ ਹੈਗਾ, ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਸਾਬਕਾ ਪ੍ਰਧਾਨ ਹੈਗੇ ਉਹਨਾਂ ਨੇ ਵਿਧਾਨ ਸਭਾ ਸੀਟਾਂ ਵੱਧ ਹੋਈ ਇਲੈਕਸ਼ਨ ਲੜਨ ਦੀ ਗੱਲ ਜ਼ਾਹਿਰ ਕੀਤੀ ਸੀ, ਪਾਰਟੀ ਇਹਨਾਂ ਦੋਨਾਂ ਚੀਜ਼ਾਂ ਦੇ ਬਾਰੇ ਕੀ ਸੋਚਦੀ? ਇੱਕ ਹਰਦੀਪ ਪੁਰੀ ਦਾ ਜਵਾਬ ਹੈ ਉਹ ਦੇਖੇ। ਪਹਿਲੀ ਗੱਲ ਤੇ ਹਾਂਜੀ, ਮੈਂ ਜਾਣਕਾਰੀ ਦੇ ਰਿਹਾ, ਮੈਂ ਦੇਖੋ ਲੋਕਤੰਤਰ ਦੇ ਵਿੱਚ, ਲੋਕਤੰਤਰ ਦੇ ਵਿੱਚ ਮੈਂ ਤੁਹਾਡੇ ਤੋਂ ਇੱਕ ਜਵਾਬ ਮੰਗਣਾ ਜੀ, ਮੇਰੇ ਤੁਸੀਂ ਸਾਰੇ ਸਹਿਯੋਗੀ ਹੋ,
ਕਿਹੜੀ ਐਸੀ ਸਰਕਾਰ ਆਈ ਹੈ ਜਿਹਨੇ 543 ਸੰਸਦ ਬਣਾਏ ਨੇ ਅੱਜ ਤੱਕ, ਕਿ 543 ਜਿਹੜੇ ਨੇ ਉਹ ਕੰਟੈਸਟ ਕਰ ਰਹੇ ਨੇ ਜਾਂ 117 ਵਿਧਾਇਕ ਪੰਜਾਬ ਦੇ ਵਿੱਚ ਕੰਟੈਸਟ ਕਰ ਰਹੀ ਹੈ ਪਾਰਟੀ? ਮੈਨੂੰ ਇੱਕ ਪਾਰਟੀ ਦਾ ਨਾਂ ਦੱਸ ਦਿਓ ਕਿ ਜੀ 117 ਦੇ ਵਿਧਾਇਕ ਜਿਹੜੇ ਨੇ ਪੂਰੇ ਉਸ ਪਾਰਟੀ ਦੇ ਹੋਣ, ਜਾਂ ਦੇਸ਼ ਦੇ ਵਿੱਚ ਮੈਨੂੰ ਇੱਕ ਉਦਾਹਰਣ ਦੇ ਦਿਓ, ਆਂਧਰਾ ਪ੍ਰਦੇਸ਼ ਦੀ ਦੇ ਦਿਓ, ਤਾਮਿਲਨਾਡੂ ਦੀ ਦੇ ਦਿਓ, ਇੱਕ ਸੈਕਿੰਡ ਲੈਟ ਮੀ ਰਿਪਲਾਈ, ਹੁਣ ਤੁਸੀਂ ਕੁਐਸਚਨ ਕੀਤਾ ਨਾ, ਲੈਟ ਮੀ ਰਿਪਲਾਈ ਔਨ ਦੈਟ। ਇੱਕ ਲੋਕਤੰਤਰ ਦੇ ਦੁਨੀਆ ਦੇ ਇਤਿਹਾਸ ਦੀ ਦੇ ਦਿਓ, ਅਮੈਰੀਕਾ ਦੀ ਦੇ ਦਿਓ, ਇੰਗਲੈਂਡ ਦੀ ਦੇ ਦਿਓ, ਕਿ ਇੱਕੋ ਪਾਰਟੀ ਬਹੁ ਪਾਰਟੀ ਚੁਣਾਵ ਲੜਨ ਦੇ ਵਿੱਚ ਆਈ ਔਰ ਉਹਨੇ 100% ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਤੇ ਆਪਣੀ ਸਰਕਾਰ ਬਣਾ ਲਈ। ਅੱਜ ਆਈ ਐਮ ਕਮਿੰਗ, ਦੇਖੋ ਤੁਸੀਂ ਯੂ ਜਸਟ ਲੈਟ ਮੀ ਨਹੀਂ ਪਲੀਜ਼ ਲੈਟ ਮੀ ਆਈ ਹੈਵ ਨਹੀਂ ਫਰੈਂਡ ਪਲੀਜ਼ ਨਹੀਂ ਮੇਰੀ ਗੱਲ ਹੈ ਨਾ, ਜੇ ਤੁਸੀਂ ਮੈਨੂੰ ਪੂਰਾ ਨਹੀਂ ਕਰਨਾ, ਮੈਂ ਤੁਹਾਨੂੰ ਆਰਾਮ ਨਾਲ ਸੁਣਿਆ, ਮੈਨੂੰ ਦੇਣਾ ਉਹਨੂੰ। ਅੱਜ ਮੈਂ ਤੁਹਾਨੂੰ ਮੈਥਮੈਟਿਕਸ ਦੇ ਵਿੱਚ ਰੇਸ਼ੋ ਦੇ ਲਈ ਤੁਹਾਡੇ ਤੋਂ ਸਵਾਲ ਪੁੱਛ ਰਿਹਾ ਕਿ ਤੁਸੀਂ ਰੇਸ਼ੋ ਕੱਢ ਲਓ, ਤਿੰਨਾਂ ਸੀਟਾਂ ਤੇ ਕੰਟੈਸਟ ਕਰਕੇ ਅਸੀਂ 2 ਸੀਟਾਂ ਤੇ ਵਿਕਟੋਰੀਅਸ, ਮੈਂ ਪੰਜਾਬ ਦਾ ਪ੍ਰਧਾਨ ਹਾਂ, 3 ਸੀਟਾਂ ਤੋਂ 2 ਤੇ ਵਿਕਟੋਰੀਅਸ, ਇਟ ਕਮਸ ਟੂ 67%, ਯੂ ਕੰਪੇਅਰ ਅਸ ਵਿਦ ਕਾਂਗਰਸ, ਯੂ ਕੰਪੇਅਰ ਅਸ ਵਿਦ ਐਨੀ ਪਾਰਟੀ, ਯੂ ਕੰਪੇਅਰ ਅਸ ਵਿਦ ਆਮ ਆਦਮੀ ਪਾਰਟੀ, ਰੇਸ਼ੋ ਵਾਈਜ਼ ਸਕਸੈਸ ਰੇਸ਼ੋ 'ਚ ਕੌਣ ਨੰਬਰ 1 ਹੈ? ਔਰ ਜਿੱਥੋਂ ਤੱਕ ਅੰਮ੍ਰਿਤਸਰ ਦਾ ਹੈ, ਅੰਮ੍ਰਿਤਸਰ ਦੇ ਵਿੱਚ ਕੰਪੈਰੇਟਿਵਲੀ ਅਸੀਂ ਬਹੁਤ ਉਹਦੇ 'ਚ ਇੰਪਰੂਵ ਕੀਤਾ ਹੈ ਵੋਟ ਸ਼ੇਅਰ 'ਚ। ਮੈਂ ਧੰਨਵਾਦੀ ਹਾਂ, ਦੇਖੋ ਲੋਕਤੰਤਰ 'ਚ ਜਿੱਤ ਹਾਰ, ਜੋ ਰਿਜ਼ਲਟ ਅੰਮ੍ਰਿਤਸਰ ਦਾ ਵੀ ਆਇਆ, ਅਸੀਂ ਹੱਥ ਜੋੜ ਕੇ ਜਨਤਾ ਦੇ ਆਭਾਰੀ ਹਾਂ। ਔਰ ਆਉਣ ਵਾਲੇ ਸਮੇਂ 'ਚ ਚਾਹੇ ਪੁਰੀ ਸਾਹਿਬ ਹੋਣ, ਚਾਹੇ ਮੈਂ ਹੋਵਾਂ, ਚਾਹੇ ਭਾਰਤੀ ਜਨਤਾ ਪਾਰਟੀ ਹੋਏ, ਅਸੀਂ ਕਿਉਂਕਿ ਇਲੈਕਸ਼ਨ ਤੱਕ ਹੁੰਦਾ ਕਿ ਵੋਟ ਕਿਹਨੂੰ ਕਿੰਨੇ ਮਿਲੇ, ਇਲੈਕਸ਼ਨ ਤੋਂ ਬਾਅਦ ਜਿੰਨੇ ਲੋਕਾਂ ਨੇ ਵੋਟ ਪਾਇਆ ਜਾਂ ਜਿੰਨਿਆਂ ਨੇ ਨਹੀਂ ਵੀ ਵੋਟ ਪਾਇਆ, ਕੇਂਦਰ ਦੀ ਹਰ ਸੁਵਿਧਾ ਅਸੀਂ ਅੰਮ੍ਰਿਤਸਰ ਸਮੇਤ ਸਾਰੇ ਪੰਜਾਬ ਨੂੰ ਦਿਆਂਗੇ। ਸੋ ਦਿਸ ਇਜ਼ ਦਾ ਰਿਪਲਾਈ ਔਨ ਯੋਰ ਪਾਰਟ। ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਕਾਂਗਰਸ ਦੇ ਪ੍ਰਧਾਨ ਨੇ ਆਪਣੀ ਹਾਰ ਦੀ ਜ਼ਿੰਮੇਵਾਰੀ ਲਈ ਔਰ ਅਮਰਿੰਦਰ ਸਿੰਘ ਜਿਹੜੇ ਨੇ, ਮੇਰੀ ਸੁਣੋ, ਕਾਂਗਰਸ ਦੇ ਪ੍ਰਧਾਨ ਖੁਦ ਹਾਰੇ, ਦੂਜਾ ਅਮਰਿੰਦਰ ਸਿੰਘ ਜਿਹੜੇ ਨੇ ਉਹਨਾਂ ਨੇ ਕਿਹਾ ਸੀ ਮੈਂ 13 ਸੀਟਾਂ ਜੇ ਨਾ ਜਿੱਤਾਂਗਾ ਤੇ ਮੈਂ ਅਸਤੀਫਾ ਦਿਆਂਗਾ। ਨਵਜੋਤ ਸਿੰਘ ਸਿੱਧੂ ਨੇ ਇਹ ਘੋਸ਼ਣਾ ਕੀਤੀ ਸੀ ਕਿ ਰਾਹੁਲ ਗਾਂਧੀ ਜੇ ਅਮੇਠੀ ਤੋਂ ਹਾਰ ਜਾਂਦੇ ਨੇ ਮੈਂ ਅਸਤੀਫਾ ਦਿਆਂਗਾ, ਇਹ ਘੋਸ਼ਣਾਵਾਂ ਸੀ। ਮੈਂ ਅੰਮ੍ਰਿਤਸਰ ਦਾ ਪ੍ਰਧਾਨ ਨਹੀਂ ਹਾਂ, ਮੈਂ ਪੰਜਾਬ ਦਾ ਪ੍ਰਧਾਨ ਹਾਂ। ਔਰ ਪੰਜਾਬ ਦਾ ਪ੍ਰਧਾਨ ਮੀਨਸ ਜੇ ਅਮਿਤ ਸ਼ਾਹ ਜੀ ਰਾਸ਼ਟਰੀ ਅਧਿਆਕਸ਼ ਨੇ ਤਾਂ ਸਾਰੇ ਦੇਸ਼ ਦੇ ਪ੍ਰਧਾਨ ਨੇ, ਔਰ ਜੇ ਸ਼ਵੇਤ ਮਲਿਕ ਪੰਜਾਬ ਦਾ ਅਧਿਆਕਸ਼ ਹੈ ਤਾਂ ਪੰਜਾਬ ਦਾ ਅਧਿਆਕਸ਼ ਹਾਂ ਮੈਂ। ਓਵਰਹਾਲ ਮੈਂ ਤੁਹਾਨੂੰ ਦੱਸਿਆ ਕਿ ਜੋ ਪਰਫਾਰਮੈਂਸ ਰੇਸ਼ੋ, ਮੇਰੇ ਪੁਆਇੰਟ ਤੇ ਦੱਸੋ ਕਿ ਸਾਡੇ ਤੋਂ ਬੈਟਰ ਰਿਜ਼ਲਟ ਕਿਹਦਾ ਆਇਆ, ਬਹੁਮਤ ਦੇ ਨਾਲ ਕੌਣ ਜਿੱਤਿਆ, ਔਰ ਅੱਜ ਦੀ ਸਥਿਤੀ ਦੇ ਵਿੱਚ ਅਸੀਂ 3 ਸੀਟਾਂ ਲੜ ਕੇ ਤੇ 2 ਸੀਟਾਂ ਤੇ ਵਿਕਟੋਰੀਅਸ ਹੋਏ। ਐਨੀ ਮੋਰ ਕੁਐਸਚਨ? ਹਾਂਜੀ, ਐਸਾ ਜੀ ਕਿ ਹਮਾਰੀ 2 ਪਾਰਟੀਓ ਕਾ ਗਠਬੰਧਨ ਹੈ, ਬਹੁਤ ਘਨਿਸ਼ਠ ਗਠਬੰਧਨ ਹੈ, ਵੋ ਹਮ ਕਹਤੇ ਹੈ ਪੰਜਾਬੀ ਮੇਂ ਕਿ 9 ਮਾਸ ਦਾ ਰਿਸ਼ਤਾ ਹੈ, ਪਰ ਪਾਰਟੀਆਂ ਹਮਾਰੀ ਵਿਚਾਰਧਾਰਾ ਅਲੱਗ ਹੈ, ਹਮਾਰਾ ਇੱਕ ਮਿਨੀਮਮ ਕਾਮਨ ਪ੍ਰੋਗਰਾਮ ਹੈ ਜਿਸਕੇ ਉੱਪਰ ਹਮਾਰਾ ਗਠਬੰਧਨ ਹੈ, ਆਈਡੀਓਲੋਜੀ ਵੀ ਅਲੱਗ ਹੈ, ਕਲਚਰ ਵੀ ਅਲੱਗ ਹੈ। ਸੋ ਮੈਂ ਇਹ ਸਮਝਦਾ ਹੂੰ ਕਿ ਇਸ ਪ੍ਰਸ਼ਨ ਕਾ ਉੱਤਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇਣਗੇ। ਮੈਂ ਤਾਂ ਭਾਰਤੀ ਜਨਤਾ ਪਾਰਟੀ ਕੇ ਅਧਿਆਕਸ਼ ਕੇ ਨਾਤੇ ਬਹੁਤ ਸੈਟਿਸਫਾਈਡ ਹੂੰ ਕਿ ਹਮਾਰੇ ਕਾਰਯਕਰਤਾਓਂ ਕੀ ਮਿਹਨਤ ਸੇ 2 ਵਰਸ਼ ਮੇਂ ਗ੍ਰਾਫ ਜੋ ਹੈ ਵੋ ਕਹੀਂ ਕਾ ਕਹੀਂ ਬਦਲ ਗਿਆ। ਨਹੀਂ ਨਹੀਂ, 1x1 ਜੀ, ਹੁਣ ਇਹਨਾਂ ਨੂੰ ਅਸੀਂ ਇੱਕ ਵਾਰੀ ਵੀ ਮੌਕਾ ਨਹੀਂ, ਪਲੀਜ਼ ਪਲੀਜ਼ ਪਲੀਜ਼, ਮੈਂ ਨਹੀਂ ਬਾਰ ਬਾਰ, ਹਾਂ ਪਲੀਜ਼ ਦੱਸੋ ਜੀ। ਐਸਾ ਜੀ ਕਿ ਇਹ ਪ੍ਰੋਵੋਗੇਟਿਵ ਜਿਹੜਾ ਹੈ ਸਾਡੇ ਪਾਰਲੀਮੈਂਟਰੀ ਬੋਰਡ ਦਾ, ਕਿਉਂਕਿ ਸਾਡੇ ਵਿੱਚ ਐਸਾ ਨਹੀਂ ਹੈ ਕਿ ਕੋਈ ਕੈਂਡੀਡੇਟ ਜਿਹੜਾ ਕੋਈ ਕਿਸੇ ਦਾ ਕਿਸੇ ਦੀ ਚੋਇਸ ਦੇ ਉੱਤੇ ਆਏਗਾ, ਜਿਹੜਾ ਕੈਂਡੀਡੇਟ ਵਿਨੇਬਿਲਟੀ ਦੇ ਹਿਸਾਬ ਦੇ ਨਾਲ ਸਭ ਤੋਂ ਬੈਟਰ ਹੋਏਗਾ ਉਸ ਕੈਂਡੀਡੇਟ ਨੂੰ ਸਾਡਾ ਪਾਰਲੀਮੈਂਟਰੀ ਬੋਰਡ ਜਿਹੜਾ ਉਹ ਟਿਕਟ ਦੇਗਾ। ਨਹੀਂ, ਉਹਦੇ 'ਚ ਐਸਾ ਹੈ ਜੀ ਕਿ ਦਿਸ ਇਜ਼ ਨੋਟ ਦਾ ਸਟੇਜ, ਬਿਕੋਜ਼ ਜਿਸ ਵੇਲੇ ਇਲੈਕਸ਼ਨ ਅਨਾਊਂਸ ਹੋਏਗਾ ਉਸ ਤੋਂ ਬਾਅਦ ਕੁਛ, ਇੱਕ ਸੈਕਿੰਡ ਜੀ,
ਕੁਝ ਸਰਵੇਸ ਜਿਹੜੇ ਨੇ ਉਹ ਪਾਰਟੀ ਕਰਵਾਏਗੀ, ਕੁਝ ਪਾਰਟੀ ਦੇ ਜਿਹੜੇ ਪਦਾਧਿਕਾਰੀ ਨੇ ਉਹਨਾਂ ਨਾਲ ਅਸੀਂ ਵਿਚਾਰ ਵਿਮਰਸ਼ ਕਰਨ ਤੋਂ ਬਾਅਦ ਅਸੀਂ ਇਹ ਫੈਸਲਾ ਕਰਾਂਗੇ ਕਿ ਕਿਹੜਾ ਕੈਂਡੀਡੇਟ ਜਿਹੜਾ, ਔਰ ਉਹ ਫੈਸਲਾ ਜਿਹੜਾ ਜੋ ਆਪਣੀ ਰਾਏ ਹੈ ਅਸੀਂ ਪਾਰਲੀਮੈਂਟਰੀ ਬੋਰਡ ਨੂੰ ਦੇ ਦਿਆਂਗੇ, ਪਾਰਲੀਮੈਂਟਰੀ ਬੋਰਡ ਜਿਹੜਾ ਉਹ ਫੈਸਲਾ ਕਰੇਗਾ। ਨਹੀਂ ਬਸ ਜੀ ਤੁਹਾਡਾ ਹੋ ਗਿਆ, ਐਨੀ ਮੋਰ ਕੁਐਸਚਨ? ਨਹੀਂ ਨਹੀਂ ਦੇਖੋ, ਲੈਟਸ ਜੀ, ਹਾਂਜੀ 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 ਅੱਛਾ ਹਾਂ 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 ਨਹੀਂ ਨਹੀਂ ਐਸਾ ਜੀ ਕਿ ਅੱਜ ਜਿਹੜੀ ਸਟੇਜ ਹੈ, ਜੋ ਮੈਂ ਭਾਰਤੀ ਜਨਤਾ ਪਾਰਟੀ ਦੇ ਅਧਿਅਕਸ਼ ਦੇ ਨਾਤੇ ਪਿੱਛੇ ਸਟੇਟਮੈਂਟ ਵੀ ਦਿੱਤੀ ਹੈ ਕਿ ਸਾਡੀ ਸਭ ਤੋਂ ਪਹਿਲੀ ਡਿਊਟੀ ਤਾਂ ਇਹ ਹੈ ਕਿ ਜਿੰਨਾ ਅੱਛਾ ਮੈਂਡੇਟ ਲੋਕਾਂ ਨੇ ਸਾਨੂੰ ਦਿੱਤਾ ਇਹ ਹਿਸਾਬ ਕਿਤਾਬ ਕਰਨ ਦਾ ਸਮੇਂ ਨਹੀਂ ਹੈ। ਚੁਣਾਵ 2022 ਚ ਆਉਣਾ, 3 ਵਰਸ਼ ਜਾਂ ਲਗਭਗ 4.5-3 ਸਾਲ ਨੇ। ਅੱਜ ਤਾਂ ਮੇਰੀ ਪ੍ਰਾਇਰਟੀ ਇਹ ਹੋਏਗੀ ਕਿ ਪਹਿਲੀ ਗੱਲ ਕਿ ਜੋ ਐਕਸਪੈਕਟੇਸ਼ਨ ਨੇ ਲੋਕਾਂ ਦੀ ਮੋਦੀ ਸਰਕਾਰ ਤੋਂ, ਉਹ ਐਕਸਪੈਕਟੇਸ਼ਨ ਅਸੀਂ ਘਰ ਘਰ ਤੱਕ ਪੂਰੀਆਂ ਕਰੀਏ। ਦਿਸ ਇਜ਼ ਦਾ ਟਾਈਮ ਦੈਟ ਵੀ ਸ਼ੁੱਡ ਡਿਲੀਵਰ ਦਾ ਸਰਵਿਸਿਜ਼ ਇਨ ਰਿਟਰਨ ਆਫ ਦਾ ਸਟਰੋਂਗ ਮੈਂਡੇਟ ਗਿਵਨ ਟੂ ਅਸ ਬਾਏ ਦਾ ਆਨਰੇਬਲ ਪੀਪਲ ਆਫ ਪੰਜਾਬ ਐਂਡ ਦਾ ਕੰਟਰੀ। ਸੋ ਇਸ ਵੇਲੇ ਪਹਿਲਾ ਧਿਆਨ ਕਿ ਸਾਡਾ ਕਾਰਜਕਰਤਾ, ਜੋ ਮੈਂ ਉਹਨਾਂ ਨੂੰ ਪ੍ਰੋਤਸਾਹਿਤ ਕਰਾਂਗਾ, ਜੋ ਮੈਂ ਉਹਨਾਂ ਨੂੰ ਅੱਜ ਆਗ੍ਰਹਿ ਕਰਾਂਗਾ ਕਿ ਤੁਸੀਂ ਮਾਧਿਅਮ ਬਣੋ ਕਿ ਮੋਦੀ, ਚਾਹੇ ਪੰਜਾਬ ਸਰਕਾਰ ਫੇਲੀਅਰ ਹੈ ਇਹਨਾਂ ਦੀ ਪਰਵਾਹ ਨਹੀਂ ਕਰਨੀ, ਤੁਸੀਂ ਮਾਧਿਅਮ ਬਣੋ ਕਿ ਹਰ ਸੁਵਿਧਾ ਲੋਕਾਂ ਦੇ ਘਰਾਂ ਤੱਕ ਪਹੁੰਚੇ, ਪ੍ਰਸ਼ਾਸਨ ਆਇਆ ਆਪਕੇ ਦੁਆਰ। ਦੂਜਾ ਕਿ ਮੇਰਾ ਮਤਲਬ ਹੈ ਕਿ ਦੁਨੀਆ ਮੰਨੇ ਜ਼ੋਰਾਂ ਨੂੰ, ਤੁਸੀਂ ਅੱਗੇ ਪੂਰਾ ਕਰ ਲਓ। ਅਸੀਂ ਆਪਣੀ ਸਟਰੈਂਥ ਇਨਕਰੀਜ਼ ਕੀਤੀ, ਜਿਹੜੀ ਸੁਖਬੀਰ ਸਿੰਘ ਬਾਦਲ ਜੀ ਨੇ ਉਹਦੇ ਬਾਅਦ ਤਾਰੀਫ ਕੀਤੀ ਕਿ ਜੀ ਬੀਜੇਪੀ ਦਾ ਬੂਥ ਮੈਨੇਜਮੈਂਟ ਪ੍ਰੋਗਰਾਮ ਜਿਹੜਾ ਇੰਨਾ ਅੱਛਾ ਰਿਹਾ, ਅਕਾਲੀ ਦਲ ਨੂੰ ਵੀ ਮੇਰੇ ਕੋਲ ਨਿਊਜ਼ ਕਟਿੰਗ ਹੈ ਉਹਦੇ ਤੋਂ ਪ੍ਰੋਤਸਾਹਿਤ ਹੋਣਾ ਚਾਹੀਦਾ। ਮੈਂ ਸਮਝਦਾ ਵਾਂ ਕਿ ਅਸੀਂ ਸ਼ਕਤੀ ਸੰਚਾਰ ਕਰਨਾ ਹੈ, ਸਾਡੇ ਲਈ ਸੱਤਾ ਸੇਵਾ ਦਾ ਮਾਧਿਅਮ ਹੈ ਜੀ, ਔਰ ਉਹ ਸੱਤਾ ਅਸੀਂ ਆਪਣੀ ਸ਼ਕਤੀ 'ਤੇ ਲਵਾਂਗੇ। ਅਸੀਂ ਆਪਣਾ ਸੰਗਠਨ ਪੰਜਾਬ ਦੇ ਘਰ ਘਰ ਤੱਕ ਪਹੁੰਚਾਵਾਂਗੇ, ਪੰਜਾਬ ਦੇ ਹਰ ਕੋਨੇ ਤੱਕ ਪਹੁੰਚਾਵਾਂਗੇ, ਚਾਹੇ ਪੰਨਾ ਪ੍ਰਮੁੱਖ ਹੋਏ, ਚਾਹੇ ਬੂਥ ਇੰਚਾਰਜ ਹੋਏ, ਚਾਹੇ ਸ਼ਕਤੀ ਕੇਂਦਰ ਪ੍ਰਮੁੱਖ ਹੋਏ। ਔਰ ਜਿਸ ਵੇਲੇ ਤੁਹਾਡੀ ਸ਼ਕਤੀ ਦਾ ਸੰਚਾਰ ਹੋ ਜਾਂਦਾ, ਨਿਰਮਾਣ ਹੋ ਜਾਂਦਾ, ਤੁਹਾਡੇ ਡਿਊ ਸ਼ੇਅਰ ਨੂੰ ਕੋਈ ਰੋਕ ਨਹੀਂ ਸਕਦਾ। ਅੱਗੇ ਅੱਗੇ ਜੀ, ਐਸਾ ਹੈ ਕਿ ਦੇਖੋ ਮੈਂ ਜਵਾਬ ਨਹੀਂ ਦੇਣਾ, ਜਵਾਬ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਦੇ ਦਿੱਤਾ, ਕਿਉਂਕਿ ਮੈਂ ਤਾਂ ਕਹਾਂਗਾ, ਤੁਸੀਂ ਕਹੋਗੇ ਜੀ ਪੋਲੀਟੀਕਲ ਓਪੋਨੈਂਟ ਹੈ ਉਹਦਾ। ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਮੁੱਖ ਮੰਤਰੀ, ਉਹ ਕਹਿੰਦਾ ਪਿਆ ਕਿ ਨਵਜੋਤ ਸਿੰਘ ਸਿੱਧੂ ਦੀ ਨਲੈਕੀ ਕਰਕੇ, ਨਵਜੋਤ ਸਿੰਘ ਸਿੱਧੂ ਦੀ ਇਨਕੰਪੀਟੈਂਸ ਕਰਕੇ, ਨਵਜੋਤ ਸਿੰਘ ਸਿੱਧੂ ਦੇ ਫੇਲੀਅਰ ਕਰਕੇ ਅਸੀਂ 2.5 ਸਾਲ ਸ਼ਹਿਰ 'ਚ ਕੋਈ ਵਿਕਾਸ ਨਹੀਂ ਕਰਾਇਆ। ਦੋ ਚੀਜ਼ਾਂ, ਇੱਕ ਤਾਂ ਉਹ ਮੰਨ ਗਏ ਕਿ ਜੋ ਅਸੀਂ ਕਹਿੰਦੇ ਸੀ ਕਿ 2.5 ਸਾਲ ਕੋਈ ਵਿਕਾਸ ਨਹੀਂ ਹੋਇਆ, ਔਰ ਦੂਜਾ ਨਵਜੋਤ ਸਿੰਘ ਸਿੱਧੂ ਨੂੰ ਸਰਟੀਫਿਕੇਟ ਦੇਣ ਸਾਡੇ ਬਜਾਏ ਆਪਣੇ ਮੁੱਖ ਮੰਤਰੀ ਤੋਂ ਮਿਲ ਗਿਆ। ਦੈਟਸ ਆਲ, ਥੈਂਕ ਯੂ, ਸਾਡਾ ਕਾਰਜਕ੍ਰਮ ਹੈ। ਔਰ ਪਲੀਜ਼ ਜੁਆਇਨ ਅਸ ਫਾਰ ਕੱਪ ਆਫ ਟੀ। ਮੈਂ ਉਹੀ ਦੇਖ ਰਿਹਾ, ਮੈਂ ਨਰੇਸ਼ ਜੀ ਨਜ਼ਰ ਨਹੀਂ ਆ ਰਹੇ।